मोदी तो आ चुका है, मोदी इस गल बजट भी है कि जेडी उन्हें गल कही थी करनी चाहिए घट्टो घट घट गई है। बाकी पंजाब वास्ते सिखा वास्ते तो बहुत वो अटल है कि इन्होंने कितना नुकसान करना। ਗੋਵਾਲ ਨੇ ਫੜ ਕੇ ਬੇੜੀਆਂ ਚ ਵੱਡੇ ਕਿਸਾਨ ਯੂਨੀਅਨ ਦੇ ਚ ਪਾਏ ਤੇ ਲੋਕਾਂ ਦਾ ਵਿਸ਼ਵਾਸ ਇਹਨਾਂ ਤੋਂ ਉੱਠਿਆ। ਇਹ ਜਿੰਨੇ ਹੁਣ ਸੁਚੇਤ ਹੁੰਦੇ ਨੇ ਕਿਰਪਾ ਕਰਕੇ ਵੋਟਾਂ ਪਾਉਣ ਵੇਲੇ ਇਹਨੇ ਲੋਕ ਸੁਚੇਤ ਹੋਣ ਸਰ, ਕਿਸੇ ਮੀਡੀਏ ਪਿੱਛੇ ਖੜਨ ਧਿਰ ਬਣ ਕੇ। ਜਿਹੜੀ ਇਸਲਾਮਿਕ ਕੰਟਰੀਜ਼ ਨੇ ਉਹਨਾਂ ਦੇ ਅੰਦਰ ਸਰਕਾਰਾਂ ਵੀ ਜਿਹੜੀਆਂ ਨੇ ਉਹ ਵੀ ਸਰੈਂਡਰ ਕਰ ਦਿੰਦੀਆਂ ਨੇ, ਉਹ ਵੀ ਆਪਣੇ ਲੋਕਾਂ ਨੂੰ ਮਜੋਰਟੀ ਨੂੰ ਜਿਹੜਾ ਹੈ ਦਰਕਿਨਾਰ ਨਹੀਂ ਕਰ ਸਕਦੀ, ਉਹਨਾਂ ਦੀਆਂ ਗੱਲਾਂ ਨੂੰ ਦਰਕਿਨਾਰ ਨਾ ਕਰਦੇ ਹੋਏ ਮਜਬੂਰੀ ਚੁੱਪ ਕਰ ਜਾਂਦੇ। ਇਹਦੇ ਅੰਦਰ ਇੱਕ ਤੇ ਫਾਈਨੈਂਸ਼ੀਅਲ ਬਹੁਤ ਵੱਡਾ ਜਿਹੜਾ ਇੱਕ ਇਨਵੋਲਵਮੈਂਟ ਹੈਗੀ ਆ, ਲੇਕਿਨ ਉਹਦੇ ਅੰਦਰ ਜੋ ਮੈਨੂੰ ਜਾਣਕਾਰੀ ਆ ਕਿ ਕੁਛ ਸਾਡੇ ਲੋਕ ਵੀ ਜਿਹੜੇ ਨੇ ਔਰ ਜਿਹੜੇ ਸਾਡੇ ਦਿੱਲੀ 'ਚ ਵੀ ਪੁਰਾਣੇ ਪ੍ਰਧਾਨ ਰਹੇ ਉਹਨਾਂ ਦੀ ਇਨਵੋਲਵਮੈਂਟ ਅੰਦਰ ਸਿਸਟਮ ਦੇ ਜਿਹੜੇ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਤਵੰਤ ਸਿੰਘ, ਉਹਨਾਂ ਨੇ ਵੇਲਾ ਬਹੁਤ ਸਖ਼ਤ ਇਤਰਾਜ਼ ਚੁੱਕਿਆ ਜੀ। ਔਰ ਅੱਜ ਜੋ ਕੱਲ੍ਹ ਜੋ ਵਿਦੇਸ਼ ਮੰਤਰਾਲੇ 'ਚ ਮੀਟਿੰਗ ਹੋਈ ਸੀ ਜਦ ਤੁਸੀਂ ਜ਼ਿਕਰ ਕਰ ਰਹੇ, ਕੱਲ੍ਹ ਹੋਈ ਸੀ ਜੇਪੀ ਸਿੰਘ ਨਾਲ ਮੰਤਰਾਲੇ 'ਚ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਨੇ ਪਾਕਿਸਤਾਨ ਨੂੰ ਉਸੇ ਵੇਲੇ ਗੱਲਬਾਤ ਕੀਤੀ ਔਰ ਉੱਥੇ ਆਪਣਾ ਇਤਰਾਜ਼ ਜਿਹੜਾ ਰਿਟਰਨ 'ਚ ਵੀ ਦਰਜ ਕਰਾਇਆ, ਔਰ ਉਸ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਜਾਂ ਐਗਜ਼ੀਕਿਊਟਿਵ ਬੋਰਡ ਨੇ ਉਹਨਾਂ ਲੋਕਾਂ ਦੇ ਖਿਲਾਫ਼ ਤੁਰੰਤ ਉੱਥੇ FIR ਲੌਂਚ ਕਰਨ ਵਾਸਤੇ ਸ਼ਾਮ ਨੂੰ ਸਰਕਾਰ ਦੇ ਦਿੱਤੀ। ਸਮੇਂ ਸਮੇਂ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਵੀ ਵਾਪਰ ਜਾਂਦੀਆਂ ਨੇ, ਚਾਹੇ ਉਹ ਨਨਕਾਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਹੋਵੇ ਜਿੱਥੇ ਭੀੜ ਪੱਥਰਬਾਜ਼ੀ ਕਰਦੀ ਆ, ਚਾਹੇ ਫਿਰ ਕਾਬਲ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮੇਰੇ ਖਿਆਲ 'ਚ ਮਾਰਚ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਅਤੇ 25 ਜਿਹੜੇ ਸਾਨੂੰ ਸ਼ਰਧਾਲੂ ਸੀ ਉਹਨਾਂ ਦੀ ਮੌਤ ਹੋ ਗਈ ਹੈ, ਅਤੇ ਕੀ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਫਿਰ ਇਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਵੀ ਘੱਟ ਗਿਣਤੀਆਂ ਨੇ ਜਿਹੜੀਆਂ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਹੈ? ਅਫਗਾਨਿਸਤਾਨ ਅੰਦਰ ਤੇ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾ ਰਿਹਾ, ਕਿੰਨੇ ਲੋਕ ਸਾਡੇ ਉੱਥੇ ਸ਼ਹੀਦ ਕਰ ਦਿੱਤੇ ਗਏ, ਦੋ ਦੋ ਅਟੈਕ ਹੋ ਗਏ, ਉਹਨਾਂ ਨੂੰ ਕਿਹਾ ਸੀ ਹਫ਼ਤੇ ਦੇ ਅੰਦਰ ਅੰਦਰ ਛੱਡੋ ਨਹੀਂ ਸਭ ਨੂੰ ਮਾਰਾਂਗੇ ਉੱਥੇ। ਹੁਣ ਉਹ ਉੱਥੋਂ ਦੀ ਸਰਕਾਰ ਚਾਹੁੰਦੀ ਆ, ਉੱਥੋਂ ਦੀ ਜਿਹੜੀ ਸਰਕਾਰ ਆ ਉਹ ਸਿੱਖਾਂ ਦੀ ਹਮਦਰਦ ਆ, ਸਿੱਖਾਂ ਦਾ ਸਾਥ ਦੇਣਾ ਚਾਹੁੰਦੀ, ਲੇਕਿਨ ਉਹ ਵੀ ਮਤਲਬ ਜਿਵੇਂ ਕਹਿ ਦਿਓ ਕਿ ਬੇਵੱਸ ਹੋਏ ਪਏ ਨੇ, ਉਹਨਾਂ ਦਾ ਵੀ ਕੁਛ ਚੱਲਦੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ TV ਅਤੇ ਚੈਨਲ ਪੰਜਾਬੀ TV ਦੇਖ ਰਹੇ ਸਾਡੇ ਤਮਾਮ ਦੇਸ਼ ਅਤੇ ਵਿਦੇਸ਼ ਦੇ ਵਿੱਚ ਬੈਠੇ ਸਤਿਕਾਰਯੋਗ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਮੈਂ ਰਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਆਪ ਜੀ ਦੇ ਅੱਗੇ ਹਾਜ਼ਰ ਹਾਂ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਤੁਹਾਨੂੰ ਪਤਾ ਹੈ ਕਿ ਸਾਡਾ ਇਹ ਪ੍ਰੋਗਰਾਮ ਹਫ਼ਤੇ ਦੇ ਵਿੱਚ 5 ਦਿਨ ਅਸੀਂ ਇਸਦਾ ਪ੍ਰਸਾਰਣ ਕਰਦੇ ਹਾਂ ਅਤੇ ਅੱਜ ਮੰਗਲਵਾਰ ਯਾਨੀ ਕਿ ਇਸ ਹਫ਼ਤੇ ਦੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ 5 ਦਿਨ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਠੀਕ ਸ਼ਾਮ ਦੇ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਗਾਤਾਰ ਅਸੀਂ 1 ਘੰਟਾ ਆਪ ਜੀ ਦੇ ਅੱਗੇ ਲਾਈਵ ਹੁੰਦੇ ਹਾਂ ਅਤੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਜਿਨ੍ਹਾਂ ਮੁੱਦਿਆਂ 'ਤੇ ਗੱਲ ਕਰਦੇ ਹਾਂ ਉਹਨਾਂ ਮੁੱਦਿਆਂ 'ਤੇ ਉਹਨਾਂ ਵਿਸ਼ਿਆਂ 'ਤੇ ਤੁਸੀਂ ਵੀ ਆਪਣੇ ਵਿਚਾਰ ਨੇ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਹੋ ਵੱਖ ਵੱਖ ਮਾਧਿਅਮਾਂ ਦੇ ਰਾਹੀਂ, ਚਾਹੇ ਉਹ ਕਹਿ ਲਈਏ ਕਿ ਤੁਸੀਂ ਫੇਸਬੁੱਕ ਸਾਡੇ ਪੇਜ ਦੇ ਉੱਪਰ ਤੁਸੀਂ ਕਮੈਂਟਾਂ ਦੇ ਜ਼ਰੀਏ ਚਾਹੇ ਆਪਣੇ ਵਿਚਾਰ ਸਾਂਝੇ ਕਰੋ ਜਾਂ ਫਿਰ ਸਾਨੂੰ ਫੋਨ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰ ਸਕਦੇ ਹੋ। ਸੋ ਇਸ ਮੌਕੇ ਅਮਰੀਕਾ ਦੇ ਵਿੱਚ ਤੁਸੀਂ ਸਾਡੇ ਇਸ ਪ੍ਰੋਗਰਾਮ ਗਲੋਬਲ ਗੱਲਬਾਤ ਨੂੰ ਗਲੋਬਲ ਪੰਜਾਬ TV 'ਤੇ ਦੇਖ ਸਕਦੇ ਹੋ ਅਤੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਤਾਂ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਣ ਲਈ ਤੁਹਾਨੂੰ ਚੈਨਲ ਪੰਜਾਬੀ ਦੇਖਣਾ ਪਏਗਾ। ਕੈਨੇਡਾ ਦੇ ਵਿੱਚ ਚੈਨਲ ਪੰਜਾਬੀ ਦੇਖਣ ਲਈ ਤੁਹਾਨੂੰ ਰੋਜ਼ਰਸ, ਬੈਲਸ਼ਾ ਅਤੇ ਟੈਲਸ ਵਰਗੇ ਜਿਹੜੇ ਕੇਬਲ ਨੈਟਵਰਕ ਨੇ ਉਹਨਾਂ ਦੀ ਸੁਵਿਧਾ ਲੈਣੀ ਪਏਗੀ। ਸੋ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਫੇਸਬੁੱਕ ਉੱਪਰ ਵੀ ਇਸ ਮੌਕੇ ਸਾਡਾ ਇਹ ਪ੍ਰੋਗਰਾਮ ਲਾਈਵ ਹੈ। ਸਾਡਾ ਫੇਸਬੁੱਕ ਪੇਜ ਹੈ ਜੀ ਗਲੋਬਲ ਪੰਜਾਬ TV ਦੇ ਨਾਂ 'ਤੇ, ਅਤੇ ਇੱਥੇ ਵੀ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਹੋ ਅਤੇ ਲਾਈਵ ਦੇਖਣ ਦੇ ਨਾਲ ਨਾਲ ਤੁਸੀਂ ਆਪਣੇ ਕਮੈਂਟ, ਆਪਣੇ ਸੁਝਾਅ ਜਿਹੜੇ ਸਾਨੂੰ ਕਮੈਂਟਾਂ ਦੇ ਰਾਹੀਂ ਭੇਜ ਸਕਦੇ ਹੋ ਜੀ। ਸੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਫੋਨ ਨੰਬਰ ਨੇ ਉਹ ਨੋਟ ਕਰ ਲਵੋ ਜੀ, ਅਤੇ ਸਾਡਾ ਪਟਿਆਲਾ ਸਟੂਡੀਓ ਦਾ ਨੰਬਰ ਹੈ ਭਾਰਤ ਦੇ ਵਿੱਚ ਬੈਠੇ ਦਰਸ਼ਕਾਂ ਦੇ ਲਈ 01575000 ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਦਰਸ਼ਕਾਂ ਦੇ ਲਈ ਸਾਡਾ ਇੰਟਰਨੈਸ਼ਨਲ ਕਾਲਿੰਗ ਦਾ ਨੰਬਰ ਹੈ ਜੀ 8889236256। ਸੋ ਸਾਡੇ ਅੱਜ ਦੇ ਜਿਹੜੇ ਅਸੀਂ ਗੱਲਬਾਤ ਕਰੀਏ ਅਤੇ ਅੱਜ ਇੱਕ ਮੰਦਭਾਗੀ ਖਬਰ ਹੋਰ ਸਾਨੂੰ ਜਿਹੜਾ ਦੇਖਣ ਨੂੰ ਮਿਲੀ ਹੈ ਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਵਿੱਚ 9 ਲੱਖਾ ਬਾਜ਼ਾਰ ਦੇ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜੋ
स्थान है उत्थे गुरद्वारा साहब सुशोभित ने ते खबर ने कि इस गुरद्वारा साहब नू मस्जिद विच तब्दील करन दीआं कोशिशां उत्थों दे कुछ लोकां वल्लों कीतीआं जा रहीआं ने। पंजाब समेत पूरे भारत दे विच इस गल दा विरोध सिख भाईचारे वल्लों या फिर हिंदू भाईचारे वल्लों उठाया जा रहा ते भारत दे केंद्रीय मंत्रालय नू दखल दे के गुरद्वारा साहब दी दिख नू इस तरह दे नाल बरकरार रखण दे लई वी पुरजोर तरीके नाल मंग कीती जा रही है। सो साडे नाल साडे पहले कॉलर जुड़ चुके ने जी, कॉल लै लैने आ। स्वागत है सर। दूसरा साडा विषय है जी प्यारा सिंह जी, असीं तुहाडे विचार जरूर लैना चाहांगे क्योंकि जिस तरीके नाल तुसीं कल देखिया कि पंजाब भर दे विच किसान जथेबंदियां ने जो खेती ऑर्डीनेंसां दे खिलाफ प्रोटेस्ट कीता कल ट्रैक्टरां दे नाल रोस मार्च कीते ने ते श्रोमणी अकाली दल दे जिन्ने भी साबका मंत्री ने ते जिन्ने भी विधायक ने ते जिन्ने भी जिहड़े एमपी ने चाहे वह सुखबीर बादल क्यों ना होण इन्हां दी कोठियां दा जिहड़ा घराओ कीता गया ते तुहानू की लगदा कि इस किसानां दा संघर्ष की रंग लैके आवेगा जी? ਰਾਜ ਸਾਹਿਬ ਤੁਹਾਡਾ ਬਹੁਤ ਵਧੀਆ ਸਵਾਲ ਹੈ। ਰਾਜ ਤੁਹਾਨਾ ਸਾਹਿਬ ਵੀ ਇਹ ਮੁੱਦਾ ਲਿਆ ਕਿਹਾ ਸੀਗਾ ਕਿਉਂਕਿ ਚਿੰਤਿਤ ਵੀ ਸੀਗੇ। ਦੇਖੋ ਬਹੁਤ ਬੜੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਸਾਰੇ ਕਿਸਾਨ ਬੰਦੀਆਂ ਬਹੁਤ ਹੱਦ ਤੱਕ ਇਕੱਠੀਆਂ ਹੋਈਆਂ ਹਨ, ਇਕੱਠੀਆਂ ਹੋ ਕੇ ਮੁਜ਼ਾਹਰਾ ਕੀਤਾ ਹੈ ਤੇ ਇਹਦਾ ਪ੍ਰਸ਼ਾਸਨ ਦੇ ਅਸਰ ਜ਼ਰੂਰ ਪਏਗਾ। ਹਾਲਾਂਕਿ ਬਣਨਾ ਕੁਛ ਨਹੀਂ ਹੈਗਾ ਕਿਉਂਕਿ ਜਿਹੜੇ ਅੱਧੀ ਸਾਡਾ ਤਾਂ ਪੰਜਾਬ ਦਾ ਬਾਦਲ ਪਰਿਵਾਰ ਹੈ ਇਹ ਸਾਰਾ ਉਹਨਾਂ ਨਾਲ ਆਇਆ ਹੋਇਆ ਹੈ ਜੀ ਤੇ ਉਹਨਾਂ ਦੇ ਭਗਤ ਵੀ ਬਹੁਤ ਹੈਗੇ ਆ ਜਿਹਨਾਂ ਨੂੰ ਮਾੜਾ ਮੋਟਾ ਵੀ ਖਿਆਲ ਨੀ ਕਰਦੇ ਕਿ ਨੁਕਸਾਨ ਸਾਰੇ ਪੰਜਾਬ ਦਾ ਹੋਣਾ ਨਾ ਕਿ ਸਾਡੇ ਇਕੱਲਿਆਂ ਦਾ ਹੋਣਾ। ਠੀਕ ਆ ਕਿ ਕੁਛ ਲਾਲਚਾਂ ਕਰਕੇ ਆਪਾਂ ਉਹਨਾਂ ਦਾ ਸਾਥ ਦੇ ਰਹੇ ਹਾਂ, ਬਾਕੀ ਇਹ ਬਣਨਾ ਕੁਛ ਹੈ ਨੀ ਕਿਉਂਕਿ ਮੋਦੀ ਤਾਂ ਹਾਰ ਚੁੱਕਾ ਹੈ। ਮੋਦੀ ਇਸ ਵੱਲ ਬਜ਼ੁਰਗ ਵੀ ਹੈਗਾ ਕਿ ਜਿਹੜੀ ਉਹਨੇ ਗੱਲ ਕਹੀ ਤੇ ਉਹ ਕਰਨੀ ਪੈਣੀ, ਘੱਟੋ ਘੱਟ ਘੱਟ ਗਈ ਹੈ। ਬਾਕੀ ਪੰਜਾਬ ਵਾਸਤੇ ਸਿੱਖਾਂ ਵਾਸਤੇ ਤਾਂ ਬਹੁਤ ਉਹ ਅਟਲ ਹੈ ਕਿ ਇਹਨਾਂ ਦਾ ਕਿੱਦਾਂ ਨੁਕਸਾਨ ਕਰਨਾ, ਹਾਲਾਂਕਿ ਸੈਂਟਰ ਦੀ ਕੋਈ ਵੀ ਸਰਕਾਰ ਸਿੱਖਾਂ ਦੇ ਹੱਕ ਨਹੀਂ ਹੈਗੀ। ਬਾਕੀ ਇਹਨੇ ਤਾਂ ਸਿੱਖਾਂ ਦਾ ਨਾਮ ਮਿਟਾਉਣ ਦਾ ਪੂਰਾ ਟੀਚਾ ਚੁੱਕੇ ਹੋਇਆ, ਬਾਕੀ ਆਵੇ ਹੋਰ ਇਕੱਠੀਆਂ ਹੋਣ ਔਰ ਜਿੰਨੇ ਉਹ ਜਿੰਨੇ ਪੰਜਾਬ ਦੇ ਵੋਟਰ ਜਾਗਰੂਕ ਹੋਣ ਔਰ ਇਹਨਾਂ ਦੇ ਤਿੰਨਾਂ ਪਾਰਟੀ ਜਿਹੜੇ ਹੈਗੇ ਇਹਨੂੰ ਲੰਬੇ ਕੀਤੇ ਜਾਵੇ, ਤੀਜੇ ਫਰੰਟ ਬਣਿਆ ਜਾਵੇ। ਤਦ ਤੱਕ ਸੁਝਾਵੀ ਤਾਂ ਜਿਵੇਂ ਕਰਨੇ ਤਾਂ ਕੁੱਟ ਖਾਂਦੇ ਰਹਿਣਾ, ਔਰ ਜੇ ਇਹ ਨਹੀਂ ਕਰਨਗੇ ਤਾਂ ਇਹ ਡੰਡੇ ਏਦਾਂ ਸੰਭਾਲ ਕੇ ਰੱਖ ਲੈਣਾ, ਅਗਲੇ ਸਾਲ ਫਿਰ ਵੀ 2022 ਤੋਂ ਬਾਅਦ ਨੀ ਫਿਰ ਵੀ ਇਹੀ ਕੰਮ ਕਰਨਾ ਆ। ਧੰਨਵਾਦ, ਮਿਹਰਬਾਨੀ ਜੀ। ਜੀ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰਦਾਰ ਪਿਆਰਾ ਸਿੰਘ ਜੀ ਸਾਡੇ ਨਾਲ ਜੁੜੇ, ਤੁਸੀਂ ਆਪਣੇ ਵਿਚਾਰ ਦੋਨਾਂ ਹੀ ਵਿਸ਼ਿਆਂ 'ਤੇ ਸਾਡੇ ਨਾਲ ਤੁਸੀਂ ਸਾਂਝੇ ਕਰਕੇ ਗਏ ਹੋ ਅਤੇ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਇੱਕ ਅਗਲੀ ਕਾਲ ਲੈ ਲੈਂਦੇ ਹਾਂ ਜੀ। ਸਵਾਗਤ ਹੈ ਸਰ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਲਖਵਿੰਦਰ ਸਿੰਘ ਸੰਮੇ ਵਾਲੀ ਬੇਨਤੀ ਕਰਦਾ। ਸਤਿ ਸ਼੍ਰੀ ਅਕਾਲ ਲਖਵਿੰਦਰ ਸਿੰਘ ਜੀ, ਠੀਕ ਠਾਕ ਜੀ? ਚੜ੍ਹਦੀ ਕਲਾ ਸਰ। ਸਰ ਬੇਨਤੀ ਹੈਗੀ ਜੀ, ਕਿਸਾਨਾਂ ਦੇ ਮਸਲੇ ਇੱਕੋ ਜਿਹੇ ਨੇ, ਤਕਰੀਬਨ ਹਰ ਸਟੇਟ ਦੇ ਵਿੱਚ ਇੱਕੋ ਜਿਹੇ ਮਸਲੇ ਨੇ ਜੀ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਨੇ, ਤੇ ਵੱਖ ਵੱਖ ਧਿਰਾਂ ਸਾਰੇ ਕਿਉਂ, ਕਿਸਾਨ ਯੂਨੀਅਨ ਕਿਉਂ ਬਣੀਆਂ ਹੋਈਆਂ ਨੇ, ਇੱਕ ਝੰਡੇ ਥੱਲੇ ਕਿਉਂ ਨੀ ਇਕੱਠੇ ਹੁੰਦੇ? ਅੱਗੇ ਜੇ ਉਹ ਵੇਖੋ, ਲੱਖੋਵਾਲ ਨੇ ਫੜ ਕੇ ਬੇੜੀਆਂ ਚ ਵੱਟੇ, ਕਿਸਾਨ ਯੂਨੀਅਨ ਦੇ ਚ ਪਾਏ ਤੇ ਲੋਕਾਂ ਦਾ ਵਿਸ਼ਵਾਸ ਇਹਨਾਂ ਤੋਂ ਉੱਠਿਆ। ਇਹ ਜਿੰਨੇ ਹੁਣ ਸੁਚੇਤ ਹੁੰਦੇ ਨੇ, ਕਿਰਪਾ ਕਰਕੇ ਵੋਟਾਂ ਪਾਉਣ ਵੇਲੇ ਇਹਨੇ ਲੋਕ ਸੁਚੇਤ ਹੋਣ ਸਰ, ਕਿਸੇ ਮੀਡੀਏ ਪਿੱਛੇ ਖੜਨ ਧਿਰ ਬਣ ਕੇ ਤਾਂ ਸਿਸਟਮ ਚੱਲੇਗਾ, ਨਹੀਂ ਤਾਂ ਸਰ ਇਹਨਾਂ ਲੁੱਟੇ ਤੇ ਕੁੱਟੇ ਜਾਂਦੇ ਰਹਿਣਾ। ਬਾਕੀ ਰਹੀ ਸਰ ਪਾਕਿਸਤਾਨ ਦੇ ਵਿੱਚ ਜਿਹੜੀ ਘਟਨਾ ਵਾਪਰੀਏ, ਆਵਾਮ ਮਤਲਬ ਉਧਰ ਦਾ ਖਿਲਾਫ ਨੀ ਹੁੰਦਾ ਕਿਸੇ ਦਾ ਵੀ, ਬਿਲਕੁਲ ਸਹੀ ਗੱਲ ਹੈ ਪਿਆਰਾ ਸਿੰਘ ਜੀ। ਇਹ ਗੱਲ ਨਹੀਂ ਸਰ ਮਾੜਾ ਹੁੰਦਾ, ਵਿੱਚ ਕੋਈ ਸ਼ਰਾਰਤੀ ਅਨਸਰ ਹੁੰਦੇ ਨੇ ਕਿ ਉਹ ਆਪਣੇ ਕਿਹੜਾ ਘੱਟ ਨੇ ਜੀ ਸਰ, ਆਪਣੇ ਨੀ ਮੈਚ ਢਾਈ ਸੀ, ਬਿਲਕੁਲ ਫੈਸਲੇ ਤੋਂ ਪਹਿਲਾਂ ਹੀ ਢਾ ਦਿੱਤੀ ਸੀ ਸਰ। ਬਾਂਦਰ ਵੇਖ ਕੇ ਤਾਂ ਇੱਥੇ ਨਿਆ ਹੋ ਜਾਂਦੇ ਨੇ ਸਰ, ਜਿਹੜੇ ਕਈ ਲੀਡਰ ਉਹਨਾਂ ਦੇ ਦੋਸ਼ ਲਾਉਂਦੇ ਨੇ, ਉਹ ਆਪਦੀ ਪੀੜ੍ਹੀ ਹੇਠ ਵੀ ਸੋਟਾ ਮਾਰਨ ਕਰਨ ਵੀ ਸਾਡਾ ਮੁਲਕ ਵੀ ਉਹਨਾਂ ਨਾਲ ਕੀ ਕਰਦਾ ਹੈ। ਕਦੀ ਕਰੋਨਾ
ਲਿਆਉਣ ਚੋਂ ਜ਼ਿੰਮੇਵਾਰ ਹੋ ਜਾਂਦੇ ਨੇ। ਇਸ ਤਰ੍ਹਾਂ ਨਹੀਂ ਕਿਸੇ ਵੀ ਘੱਟ ਗਿਣਤੀ ਪ੍ਰਤੀ ਕਰਨਾ ਚਾਹੀਦਾ। ਕੋਈ ਸਾਰਾ ਜਨ ਸਮੂਹ ਨਹੀਂ ਸਰ ਮਾੜਾ ਹੁੰਦਾ, ਕੋਈ ਲੋਕ ਮਾੜੇ ਹੁੰਦੇ ਨੇ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਸਿੰਘ ਸੰਮੇ ਵਾਲੀ ਸਾਹਿਬ। ਤੇ ਬਿਲਕੁਲ ਸਹੀ ਗੱਲ ਹੈ ਜੀ, ਪਿਆਰਾ ਸਿੰਘ ਜੀ ਵੀ ਹੁਣੇ ਸਾਡੇ ਨਾਲ ਗੱਲ ਕਰਕੇ ਗਏ ਤੁਹਾਡੇ ਤੋਂ ਪਹਿਲਾਂ, ਤੇ ਉਹਨਾਂ ਦਾ ਵੀ ਆਖਣਾ ਕਿਉਂਕਿ ਉਹ ਪਰਸਨਲੀ ਐਕਸਪੀਰੀਅੰਸ ਕਰਕੇ ਗਏ ਨੇ, ਪਾਕਿਸਤਾਨ ਵਿਜ਼ਿਟ ਕੀਤਾ ਹੋਇਆ ਉਹਨਾਂ ਨੇ। ਇਹ ਗੁਰੂ ਧਾਮਾਂ ਦੇ ਦਰਸ਼ਨ ਵੀ ਸਰਦਾਰ ਪਿਆਰਾ ਸਿੰਘ ਉਹਨਾਂ ਵੱਲੋਂ ਕੀਤੇ ਗਏ ਨੇ। ਸੋ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਜੀ, ਕਾਲ ਲੈ ਲੈਂਦੇ ਹਾਂ। ਸਵਾਗਤ ਹੈ ਸਰ, ਸਵਾਗਤ ਹੈ ਸਰ ਤੁਹਾਡਾ। ਮਾਫ਼ ਕਰਨਾ ਜੀ, ਸਾਡੇ ਕੋਲ ਤੁਹਾਡੀ ਆਵਾਜ਼ ਨਹੀਂ ਆ ਰਹੀ। ਸੋ ਪਿਆਰਾ ਸਿੰਘ ਜੀ ਸਾਡੇ ਨਾਲ ਪਰਸਨਲ ਜਿਹੜੇ ਐਕਸਪੀਰੀਅੰਸ ਸੀ ਉਹਨਾਂ ਦਾ, ਉਹ ਕਰਕੇ ਗਏ ਨੇ, ਵੈਸੇ ਵੀ ਦੱਸ ਕੇ ਗਏ ਨੇ। ਅਤੇ ਵੈਸੇ ਵੀ ਅਸੀਂ ਬਹੁਤ ਦੇਖਿਆ ਕਿ ਜਿਹੜੇ ਵੀ ਇੱਥੋਂ ਪੰਜਾਬ ਤੋਂ ਜਿਹੜੇ ਲੋਕ ਨੇ, ਜਦੋਂ ਵੀ ਉਹ ਪਾਕਿਸਤਾਨ ਜਾਂਦੇ ਨੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਂਦੇ ਨੇ, ਜਾਂ ਫਿਰ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਨੇ ਉੱਧਰ, ਚਲੋ ਖੈਰ ਉਹਨਾਂ ਦੀ ਗੱਲ ਹੋਰ ਹੈ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਫਿਰ ਪਰਿਵਾਰ ਪਾਕਿਸਤਾਨ ਦੇ ਵਿੱਚ ਵੱਸਦੇ ਨੇ, ਅਤੇ ਲੇਕਿਨ ਜਿਹੜੇ ਸਾਡਾ ਸਿੱਖ ਭਾਈਚਾਰਾ ਜਦੋਂ ਵੀ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਜਾਂਦਾ, ਤਾਂ ਜਿਹੜਾ ਉੱਥੇ ਪਿਆਰ ਮਿਲਦਾ, ਉੱਥੋਂ ਦੇ ਲੋਕ ਪਿਆਰ ਦਿੰਦੇ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਉਹ ਪਾਕਿਸਤਾਨੀ ਆਵਾਮ ਹੈ ਜਿਹੜਾ ਕਿ ਸਿੱਖ ਭਾਈਚਾਰੇ ਨੂੰ ਬਹੁਤ ਜ਼ਿਆਦਾ ਜਿਹੜਾ ਪਿਆਰ ਦਿੰਦਾ। ਪਰ ਕਿਤੇ ਇਸ ਤਰ੍ਹਾਂ ਦੇ ਸਰਾਰਤੀ ਅਨਸਰ ਜਿਸ ਤਰ੍ਹਾਂ ਦੇ ਸੁਹੇਲ ਭੱਟ ਵਰਗੇ ਹੁੰਦੇ ਨੇ, ਅਤੇ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਕੋਸ਼ਿਸ਼ਾਂ ਕਰਦੇ ਨੇ। ਸੋ ਇਸ ਨੂੰ ਲੈ ਕੇ ਦਿੱਲੀ ਤੋਂ ਜੇਕਰ ਗੱਲ ਕਰੀਏ ਤਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਵੀ ਆਵਾਜ਼ ਚੁੱਕੀ ਆ, ਅਤੇ ਅੱਜ ਕੇਂਦਰੀ ਮੰਤਰਾਲੇ ਦੇ ਵਿੱਚ ਵੀ ਉਹ JP ਸਿੰਘ ਦੇ ਨਾਲ ਮੁਲਾਕਾਤ ਕਰਕੇ ਗਏ ਨੇ। JP ਸਿੰਘ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮਾਮਲਿਆਂ ਦੇ ਬਾਰੇ ਇੰਚਾਰਜ ਨੇ ਕੇਂਦਰੀ ਮੰਤਰਾਲੇ ਦੇ ਵਿੱਚ। ਸੋ ਸਾਡੇ ਨਾਲ ਜੁੜ ਚੁੱਕੇ ਨੇ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਿਰਸਾ ਸਾਹਿਬ, ਤੁਸੀਂ ਵਿਜ਼ਿਟ ਕੀਤਾ ਹੈ ਅੱਜ ਕੇਂਦਰੀ ਮੰਤਰਾਲੇ ਗਏ ਹੋ, ਅਤੇ ਤੁਸੀਂ ਅਫਗਾਨਿਸਤਾਨ ਦੇ ਸਿੱਖਾਂ ਦੀ ਵੀ ਗੱਲ ਕਰੀ ਆ, ਉੱਥੇ ਦੇ ਵੀਜ਼ੇ ਜਿਹੜੇ ਭਾਰਤ ਦੇ ਉਹਨਾਂ ਨੂੰ ਦੇਣੇ ਆ, ਉਹਨਾਂ ਦੇ ਬਾਰੇ ਵੀ ਤੁਸੀਂ ਗੱਲਬਾਤ ਕਹੀ ਹੈ ਕਿ ਸਰਕਾਰ ਬੜੀ ਜਲਦੀ ਅਫਗਾਨੀ ਸਿੱਖਾਂ ਨੂੰ ਜਿਹੜੇ ਵੀਜ਼ੇ ਉਹ ਭਾਰਤ 'ਤੇ ਦੇਣ ਜਾ ਰਹੀ ਹੈ, ਅਤੇ ਵਸਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਘੱਟ ਗਿਣਤੀਆਂ ਅਫਗਾਨਿਸਤਾਨ ਦੇ ਵਿੱਚ ਜਿਸ ਤਰ੍ਹਾਂ ਦਾ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੇ ਮਾੜੇ ਹਾਲਾਤ ਸਿੱਖਾਂ ਨੂੰ ਸਹਿਣੇ ਪੈ ਰਹੇ ਨੇ, ਤੋ ਬਿਹਤਰ ਇਹੀ ਆ ਕਿ ਉੱਥੇ ਦੇ ਜਿਹੜੇ ਸਿੱਖਾਂ ਨੂੰ ਭਾਰਤ ਦੇ ਵਿੱਚ ਲਿਆਂਦਾ ਜਾਏ। ਅਤੇ ਇੱਕ ਇਹ ਵੀ ਸਾਨੂੰ ਦੱਸਿਓ ਕਿ ਇਹ ਮੁਲਾਕਾਤ ਕਿੱਦਾਂ ਦੀ ਰਹੀ ਆ, ਅਤੇ ਜਿਹੜਾ ਲਾਹੌਰ ਦੇ ਨੌਲੱਖਾ ਬਾਜ਼ਾਰ ਦੇ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਨਾਲ ਸੰਬੰਧਿਤ ਤੋਂ ਗੁਰੂ ਧਾਮ ਹੈ, ਉਸ ਬਾਰੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਉੱਥੇ ਮੰਗ ਕਰਕੇ ਆਏ ਹੋ, ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜ਼ਰੂਰ ਜੀ। ਬਿਲਕੁਲ ਜੀ, ਪਹਿਲੀ ਗੱਲ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਦੇਖੋ ਕੁਛ ਲੋਕ ਹਰ ਜਗ੍ਹਾ ਹੀ ਹੁੰਦੇ ਨੇ, ਕੱਟੜਵਾਦ ਤੇ ਤੁਹਾਨੂੰ ਪਤਾ ਹਰ ਜਗ੍ਹਾ ਹੁੰਦਾ ਹੀ ਹੈ, ਤੇ ਲੇਕਿਨ ਹੁਣ ਦਿੱਕਤ ਕੀ ਆਉਂਦੀ ਹੈ ਰੋਜ਼ ਰੋਜ਼ ਜਿਹੜੀ ਕਿ ਉਹ ਜਿਹੜੀ ਇਸਲਾਮਿਕ ਕੰਟਰੀਜ਼ ਨੇ ਉਹਨਾਂ ਦੇ ਅੰਦਰ ਸਰਕਾਰਾਂ ਵੀ ਜਿਹੜੀਆਂ ਨੇ ਉਹ ਵੀ ਸਰੈਂਡਰ ਕਰ ਦਿੰਦੀਆਂ ਨੇ, ਉਹ ਵੀ ਆਪਣੇ ਲੋਕਾਂ ਨੂੰ ਮੈਜੋਰਟੀ ਨੂੰ ਜਿਹੜਾ ਦਰਕਿਨਾਰ ਨਹੀਂ ਕਰ ਸਕਦੇ, ਉਹਨਾਂ ਦੀਆਂ ਗੱਲਾਂ ਨੂੰ ਦਰਕਿਨਾਰ ਨਾ ਕਰਦੇ, ਉਹ ਵੀ ਮਜਬੂਰੀ ਚੁੱਪ ਕਰ ਜਾਂਦੇ। ਜੀ ਜੀ। ਸੋ ਇਹ ਜਿਹੜਾ ਵਿਸ਼ਾ ਹੈ ਇਹਦੇ ਅੰਦਰ ਇੰਡੀਵਿਜੁਅਲ ਲੋਕਾਂ ਨੇ ਜੋ ਉੱਥੇ ਕੰਮ ਕੀਤਾ, ਇਹ ਕੋਈ ਇਹ ਨਹੀਂ ਕਿ ਸਰਕਾਰ ਦੀ ਇਹਦੇ ਅੰਦਰ ਕੋਈ ਭਾਈਵਾਦੀ ਜਾਂ ਸਰਕਾਰ ਨੇ ਕੋਈ ਇਸਦੀ ਸ਼ੁਰੂਆਤ ਕੀਤੀ ਹੋਵੇ, ਲੇਕਿਨ ਜਿਹੜੇ ਇੰਡੀਵਿਜੁਅਲ ਲੋਕ ਨੇ ਉਹਨਾਂ ਨੇ ਇਹ ਸ਼ਰਾਬ ਕੀਤੀ ਆ, ਔਰ ਉਹਨਾਂ ਦਾ ਪਰਪਸ ਕੀ ਸੀ, ਦੋ ਸੀਗੇ ਇਹਦੇ ਅੰਦਰ। ਇੱਕ ਤੇ ਫਾਈਨੈਂਸ਼ੀਅਲ ਬਹੁਤ ਵੱਡਾ ਜਿਹੜਾ ਇੱਕ ਇਨਵੋਲਵਮੈਂਟ ਹੈਗੀ ਆ, ਲੇਕਿਨ ਉਹਦੇ ਅੰਦਰ ਜੋ ਮੈਨੂੰ ਜਾਣਕਾਰੀ ਆ ਕਿ ਕੁਛ ਸਾਡੇ ਲੋਕ ਵੀ ਜਿਹੜੇ ਨੇ ਔਰ ਜਿਹੜੇ ਸਾਡੇ ਦਿੱਲੀ 'ਚ ਵੀ ਪੁਰਾਣੇ ਪ੍ਰਧਾਨ ਰਹੇ ਉਹਨਾਂ ਦੀ ਇਨਵੋਲਵਮੈਂਟ, ਮੈਂ ਉਸ ਪਾਸੇ ਜਾਣਦਾ ਨਹੀਂ ਕਿ ਉਹ ਤੁਹਾਨੂੰ ਸਿੱਖਾਂ ਨੇ ਮੈਨੂੰ ਦੱਸਿਆ, ਮੈਂ ਉਹ ਦੱਸ ਰਿਹਾ ਤੁਹਾਨੂੰ। ਪਰ ਮੈਂ ਫਿਲਹਾਲ ਇਹ ਗੱਲ ਦੱਸਦਾ ਕਿ ਜਿਹਨਾਂ ਲੋਕਾਂ ਨੇ ਕੀਤਾ ਉਹ ਉਹਨਾਂ ਨੇ ਜੋ ਕੀਤਾ ਉਹਦੇ ਖਿਲਾਫ਼ ਸਰਕਾਰ ਨੇ ਉੱਥੋਂ ਦੀ ਮੁਕੱਦਮਾ ਵੀ ਅੱਜ ਸੁਣਿਆ ਕਿ ਦਰਜ ਕਰਾ ਦਿੱਤਾ ਹੈ, ਔਰ ਉੱਥੋਂ ਦੇ ਪਾਕਿਸਤਾਨ ਦੇ ਜਿਹੜੇ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਤਵੰਤ ਸਿੰਘ, ਉਹਨਾਂ ਨੇ ਵੀ ਬਹੁਤ ਸਖ਼ਤ ਇਤਰਾਜ਼ ਚੁੱਕਿਆ ਹੈ। ਔਰ ਅੱਜ ਜੋ ਕੱਲ੍ਹ ਜੋ ਵਿਦੇਸ਼ ਮੰਤਰਾਲੇ 'ਚ ਮੀਟਿੰਗ ਹੋਈ ਸੀ ਜੋ ਤੁਸੀਂ ਜ਼ਿਕਰ ਕਰ ਰਹੇ, ਕੱਲ੍ਹ ਹੋਈ ਸੀ JP ਸਿੰਘ ਨਾਲ ਮੰਤਰਾਲੇ 'ਚ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਨੇ ਪਾਕਿਸਤਾਨ ਨੂੰ ਉੱਥੇ ਵੇਲੇ ਗੱਲਬਾਤ ਕੀਤੀ ਔਰ ਉੱਥੇ ਆਪਣਾ ਇਤਰਾਜ਼ ਜਿਹੜਾ ਰਿਟਰਨ 'ਚ ਵੀ ਦਰਜ ਕਰਾਇਆ, ਔਰ ਉਸ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਜਾਂ ਐਗਜ਼ੀਕਿਊਟਿਵ ਬੋਰਡ ਨੇ ਉਹਨਾਂ ਲੋਕਾਂ ਦੇ ਖਿਲਾਫ਼ ਤੁਰੰਤ ਉੱਥੇ FIR ਲੌਂਚ ਕਰਨ ਵਾਸਤੇ ਸ਼ਾਮ ਨੂੰ ਦਰਖਾਸਤ ਦੇ ਦਿੱਤੀ ਜੀ, ਔਰ ਇਹ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਾ ਰਹੇ ਹਾਂ ਜੀ। ਉਮੀਦ ਆ ਕਿ ਇਹ ਮਸਲਾ ਜਿਹੜਾ ਇਹ ਜਲਦੀ ਹੀ ਸੁਲਝੇਗਾ ਔਰ ਜਿਹੜੇ ਲੋਕ ਜਿਹਨੂੰ ਅੰਦਰ ਅਰੈਸਟ ਕੀਤੇ ਜਾਣਗੇ ਤੇ ਗਾਂ ਵਾਸਤੇ ਵੀ ਲੋਕਾਂ ਨੇ ਸੰਦੇਸ਼ ਜਾਏਗਾ ਜੀ। ਸਿਸਰ ਸਾਹਿਬ, ਸਾਡੇ ਨਾਲ ਕਾਲਰ ਵੀ ਸਾਡੇ ਹਮੇਸ਼ਾ ਜੁੜਦੇ ਨੇ, ਤੇ ਕਾਲਰਾਂ ਦੇ ਵਿੱਚੋਂ ਸਰਦਾਰ ਪਿਆਰਾ ਸਿੰਘ ਜੀ ਨੇ, ਉਹ ਵੀ ਪਰਸਨਲੀ ਵਿਜ਼ਿਟ ਉੱਥੇ ਕਰਕੇ ਆਏ,
तो उन्होंने भी आख्या वैसे आपां नूं सारनूं सब नूं पता है कि जिहड़ा पाकिस्तान दा आवाम है तो वह सानूं बड़ा प्यार करता जो असीं जाने आ उत्थे ते फिर की चक्कर हैगा कि समय समय से इस तरह दी घटनावां फिर भी वापर जांदियां ने चाहे वह ननकाणा साहब का गुरद्वारा साहब होवे जिथे भीड़ पत्थरबाजी करती है चाहे फिर काबल दे विच जिस तरह के नाल मेरे ख्याल च मार्च के जिहड़ा अतवादी हमला होया तो 25 जिहड़े सानू श्रद्धालु सी उन्हां दी मौत हो गई है तो की कारण तुसी की मानते हो कि फिर यही गल निकल के आ रही है कि भी घट गिणतियां ने जिहड़ियां वह पाकिस्तान ते अफगानिस्तान दे विच सुरक्षित नहीं है फिर सिसा साहब जी देखो वो तो तुसी देख ही लिया कि अफगानिस्तान अंदर ते उन्होंने रहने नहीं दिता जा रहा कि लोग साढ़े उत्थे शहीद कर दिते गए दो दो अटैक हो गए उन्होंने कहा कि हफ्ते के अंदर अंदर छोड़ो नहीं सब नूं मारांगे उत्थे जी हुण उत्थों दी सरकार चाहुंदी आ उत्थों दी जिहड़ी सरकार आ उह सिखां दी हमदर्द आ सिखां दा साथ देना चाहुंदी लेकिन उह वी मतलब जिवें कह दिओ कि बेवस होए पए ने उन्हां दा भी कुछ चलदी नहीं उत्थे जिहड़े कट्टड़वाद आ उह बहुत भारी आ इस्लाम बहुत भारी आ उह कहिंदे ने अगर शरीयत मानदे जे इस्लाम मानदे जी जी जां नाम सिंह जी जिहड़े आए उन्हां ने अपनी गल दसी कि मैनूं इक्को गल कहिंदे सी वी तूं अपना इस्लाम कबूल कर जी जी इस्लाम कबूल करने ते तैनूं असीं मारांगे सो इह ते गल दी प्रॉब्लम हैगी आ और इन्ना फर्क आ कि क्योंकि उत्थे मजोरिटी उन्हां दी लोकां दी आ इस करके उन्हां दी जिहड़ी आ सरकार वी उन्हां दे अगे झुक जांदी आ और इही मसला पाकिस्तान दे अंदर पाकिस्तान दा आवाम जिहड़ा मैं मेरा खुद दी बड़ी इंटरैक्शन हुंदी आ बड़े बड़े खुश दिल लोग ने बड़ा सानूं खुले दिल नाल अपनी गल नाल लाउंदे ने जी लेकिन जदों उत्थे आ जांदी आ वारी इस्लाम दी जदों वारी आ जांदी आ कट्टर लोकां दी उह फिर जिहड़े आ तुहानूं पता उह बेवस ने उह बेवारे ने उह किसे दी परवाह नहीं करदे और उह ते किसे हद तक वी जाण नूं तैयार ने पर सरकार फिर उहनां दे अगे मजबूर हो जांदी ठीक है सिसा साहब आखिरी सवाल है जी अफगानिस्तान दे सिखां नूं तुसीं की समझदे हो किन्नी क जल्दी जिहड़े वीजे ने उह जारी हो जाणगे ਭਾਜੀ ਮੈਂ ਨਾ ਇਹਦੇ ਚ ਥੋੜੀ ਦੋ ਅਲੱਗ ਅਲੱਗ ਗੱਲਾਂ ਨੇ ਵੀਜ਼ੇ ਦੀ ਕੋਈ ਇਸ਼ੂ ਨਹੀਂ ਵੀਜ਼ੇ ਤੇ ਤੁਸੀਂ ਅਸੀਂ ਕੱਲ ਚਾਹਾਂਗੇ ਸਭ ਨੂੰ ਕੱਲ ਹੀ ਮਿਲ ਜਾਣਗੇ ਜੀ ਲੇਕਿਨ ਉਹਦੇ ਚ ਕੁਝ ਟੈਕਨੀਕਲ ਗੱਲਾਂ ਨੇ ਟੈਕਨੀਕਲ ਗੱਲ ਇਹ ਆ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਉੱਥੋਂ ਦੇ ਲੋਕਾਂ ਨੂੰ ਜਾਂ ਉੱਥੋਂ ਦੇ ਜਿਹੜੇ ਲੋਕ ਇਹਨਾਂ ਦੀ ਖਿਲਾਫਤ ਕਰਦੇ ਪਏ ਨੇ ਜਿਹਨਾਂ ਦੇ ਜੋ ਇਹਨਾਂ ਨੂੰ ਡਰਾ ਧਮਕਾ ਰਹੇ ਨੇ ਜਾਂ ਜਿਹਨਾਂ ਨੇ ਪਹਿਲਾਂ ਵੀ ਹਮਲਾ ਕੀਤਾ ਉਹਨਾਂ ਨੂੰ ਕੋਈ ਜਾਣਕਾਰੀ ਮਿਲੇ ਇਸ ਕਰਕੇ ਮੈਂ ਸਮਝਦਾ ਨਹੀਂ ਕਿ ਇੱਥੇ ਆਪਾਂ ਨੂੰ ਇਹ ਗੱਲ ਡਿਸਕਸ ਕਰਨੀ ਚਾਹੀਦੀ ਪਰ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਦੱਸ ਸਕਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਬਸ ਤੁਸੀਂ ਕਾਫੀ ਚੀਜ਼ਾਂ ਦੇਖਦੇ ਜਾਓਗੇ ਜਿਸ ਤਰ੍ਹਾਂ ਇਹ ਲੋਕ 11 ਬੰਦੇ ਆਏ ਨੇ ਰਾਤ ਨੂੰ ਤੈਅ ਕੀਤਾ ਔਰ ਸਵੇਰੇ ਲੈ ਆਉਂਦਾ ਇਸ ਤਰੀਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਨੂੰ ਉੱਥੋਂ ਕੱਢ ਲਈਏ ਪਰ ਅਗਲੇ 2-3 ਮਹੀਨਿਆਂ ਦੇ ਅੰਦਰ ਸਾਰੇ ਉੱਥੋਂ ਪਰਿਵਾਰਾਂ ਨੂੰ ਲੈ ਆਵਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਸਿੰਘ ਸਿਰਸਾ ਜੀ ਸਾਡੇ ਨਾਲ ਜੁੜਨ ਦੇ ਲਈ ਸੋ ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਦਿੱਲੀ ਤੋਂ ਜੁੜੇ ਸੀ ਤੇ ਦੱਸ ਕੇ ਗਏ ਨੇ ਕਿ ਕੇਂਦਰੀ ਮੰਤਰਾਲੇ ਦੇ ਨਾਲ ਬੀਤੇ ਦਿਨੀ ਉਹਨਾਂ ਦੀ ਜੋ ਮੁਲਾਕਾਤ ਹੋਈ ਆ ਉਸ ਦੇ ਵਿੱਚ ਕਿਹੜੇ ਕਿਹੜੇ ਵਿਸ਼ਿਆਂ 'ਤੇ ਜਿਹੜੀ ਗੱਲਬਾਤ ਹੋਈ ਸੀ ਲਾਹੌਰ ਦੇ ਵਿੱਚ ਜਿਹੜਾ ਨੌਲੱਖਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਸ ਬਾਰੇ ਵੀ ਗੱਲ ਹੋਈ ਆ ਅਤੇ ਮੰਗ ਕੀਤੀ ਗਈ ਆ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਜਿਹੜਾ ਪਾਕਿਸਤਾਨ ਸਰਕਾਰ ਨਾਲ ਗੱਲ ਕਰੇ ਅਤੇ ਗੁਰੂ ਧਾਮਾਂ ਦੀ ਸੁਰੱਖਿਆ ਨੂੰ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਸੋ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਸਵਾਗਤ ਹੈ ਸਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ 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 ਮਹਾਰਾਜ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਇਹ ਜਿਹੜੇ ਪ੍ਰੋਗਰਾਮ ਆ ਜਿੱਦਾਂ ਹੁੰਦਾ ਆ ਜਿੱਦਾਂ ਹੁਣ ਪਾਕਿਸਤਾਨ ਚ ਹੋਇਆ ਤੇ ਘੱਟ ਤਾਂ ਸਾਡੇ ਵੀ ਨਹੀਂ ਕਰਦੇ ਹੈਗੇ ਜੀ 2002 ਦਾ ਦੇਖ ਲਓ ਜੀ 84 ਦਾ ਦੇਖ ਲਓ ਭੁੱਲਦਾ ਨੀ ਹੈ ਨਾ ਅੱਜ ਵੀ ਜੋ ਹੋ ਰਿਹਾ ਅੱਜ ਉਹਨਾਂ ਦੀਆਂ ਮਸਜਿਦਾਂ ਆ ਕੇ ਮੰਦਰ ਬਣ ਰਹੇ ਆ ਇਹ ਜਿਹੜਾ ਸਿਸਟਮ ਆ ਤੇ ਦੁੱਖ ਤਾਂ ਲੱਗਦਾ ਹੀ ਆ ਜੀ ਫਿਰ ਤੁਹਾਨੂੰ ਪਤਾ ਹੈ ਹਰੇਕ ਨੂੰ ਹੁਣ ਸਾਡੇ ਕੋਲ ਇੱਥੇ ਘਰ ਹੈਗੇ ਆ ਮੁਸਲਮਾਨ ਪਾਕਿਸਤਾਨੀਆਂ ਦੇ ਇੰਨਾ ਪਿਆਰ ਸਤਿਕਾਰ ਹੈ ਕੋਈ ਕਹਿਣ ਦੀ ਹੱਦ ਨੀ ਮਿਲਦੇ ਆ ਬੜਾ ਪਿਆਰ ਦੇ ਨਾਲ ਮਿਲਦੇ ਆ ਲੋਕ ਤੇ ਰੋਂਦੇ ਆ ਅਸੀਂ ਤਾਂ ਇੱਕ ਸੀ ਅਸੀਂ ਤਾਂ ਇਕੱਠੇ ਰਹਿਣਾ ਚਾਹੁੰਦੇ ਸੀ ਸਾਡੀਆਂ ਸਰਕਾਰਾਂ ਨੇ ਸਾਡਾ ਕੀ ਕੁਛ ਕਰ ਦਿੱਤਾ ਜੀ ਤੇ ਦੂਜੀ ਗੱਲ ਇਹ ਆ ਬਈ ਕਿਸਾਨਾਂ ਦਾ ਜਿਹੜਾ ਆ ਕਿਸਾਨਾਂ ਦਾ ਤਾਂ ਇਕੱਠ ਜਿਹੜਾ ਆ ਨਾ ਇੱਕ ਜਿੱਦਾਂ ਕਹਿੰਦੇ ਗੰਢ ਜਿੱਦਾਂ ਬਜ਼ੁਰਗ ਨੇ ਦਿੱਤੇ ਸੀ ਚਾਰ ਲੱਕੜਾਂ ਬੰਨ ਕੇ ਇਕੱਠੀਆਂ ਵੀ ਕਾਕਾ ਤੋੜ ਕੇ ਦਿਖਾ ਲਓ ਤੇ ਟੁੱਟੀਆਂ ਨੀ ਜਦੋਂ ਕਲਕਲੀਆਂ ਸੀ ਅਗਲਾ ਤੋੜ ਕੇ ਦਿੱਤੀ ਜਾਂਦਾ ਸੀ ਬਿਲਕੁਲ ਜੇ ਤਾਂ ਇਹ ਗੱਠ ਵੱਜੀ ਰਹੂਗੀ ਤਾਂ ਇਹ ਹਿਲਾ ਸਕਦੇ ਧਰਤੀ ਕਿਉਂਕਿ ਇੱਕੋ ਹੀ ਚੀਜ਼ ਆ ਤੁਹਾਡਾ ਗੱਡੀ ਬਿਨਾਂ ਵੀ ਸਰ ਸਕਦਾ ਤੁਹਾਡਾ ਸੜਕਾਂ ਬਿਨਾਂ ਵੀ ਸਰ ਸਕਦਾ ਤੁਹਾਡਾ ਇੰਡਸਟਰੀ ਬਿਨਾਂ ਵੀ ਸਰ ਸਕਦਾ ਤੁਹਾਡਾ ਖਾਣੇ ਦਾਣੇ ਤੋਂ ਬਿਨਾਂ ਕਦੇ ਨੀ ਸਰ ਸਕਦਾ ਉਹ ਸਿਰਫ ਜ਼ਿਮੀਦਾਰ ਦੇ ਕੋਲ ਆ ਸਭ ਤੋਂ ਵੱਡਾ ਸਰਮਾਏਦਾਰ ਬੰਦਾ ਇਹ ਆ ਪਰ ਇਸ ਇਹ ਗੰਦੀਆਂ ਸਰਕਾਰਾਂ ਦੀਆਂ ਸੋਚਾਂ ਨੇ ਸਾਨੂੰ ਜ਼ੀਰੋ ਬਣਾ ਦਿੱਤਾ
ਬਿਲਕੁਲ ਅਸੀਂ ਹੀਰੋ ਹਾਂ ਹੀਰੋ ਪਰ ਸਾਨੂੰ ਜੀਰੋ ਬਣਾ ਤਾ ਪਰ ਸਾਡੇ ਸਾਡੇ ਸਾਡੀ ਸੋਚ ਨੇ ਕੁਛ ਏਦਾਂ ਦਾ ਬਣਾ ਤਾ ਸਾਨੂੰ ਕੰਮ ਤੋਂ ਕੱਢ ਦਿੱਤਾ ਅਸੀਂ ਕੰਮ ਤੋਂ ਨਿਕਲ ਗਏ ਹੁਣ ਅਸੀਂ ਕੰਮ ਹੱਥੀ ਕਰਨ ਨੂੰ ਇੱਕ ਜਿੱਦਾਂ ਹਨਾ ਬਹੁਤ ਮਾੜਾ ਸਮਝਣ ਲੱਗ ਗਿਆ ਕਿਉਂਕਿ ਕਿਰਤ ਨੂੰ ਤਾਂ ਬਾਬੇ ਨਾਨਕ ਨੇ ਵੀ ਕਿਹਾ ਸੀਗਾ ਜੀ ਪਹਿਲਾਂ ਹੀ ਗਿਣਿਆ ਹਜੇ ਇੱਕ ਪਿਆਰਾ ਸੋਹਣਾ ਉਹਨੂੰ ਨੰਬਰ ਦੇਣਾ ਸੀ ਮੇਰਾ ਜੀ 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 ਤੁਸੀਂ ਬੋਲਦੇ ਹੋ ਪਿਆਰਾ ਸਿੰਘ ਜੀ ਸੁਣ ਰਹੇ ਨੇ ਜੀ ਨੋਟ ਕਰ ਲੈਣਗੇ ਆ ਲਿਖ ਦਿਓ 604 ਜੀ ਜੀ ਮੈਂ ਵੀ ਨੋਟ ਕਰ ਲੈਣਾ ਜੀ ਹਾਂਜੀ ਕਰ ਲਿਓ ਮਾੜਾ ਜਿਹਾ ਜੀ 599 ਜੀ 8246 ਹਾਂਜੀ ਠੀਕ ਹੈ ਜੀ ਇਹ ਵੈਸੇ ਪਿਆਰਾ ਸਿੰਘ ਜੀ ਸੁਣ ਰਹੇ ਨੇ ਮੈਂ ਮੋਬਾਇਲ ਨੀ ਰੱਖਦਾ ਹੈਗਾ ਮੇਰੇ ਕੋਲ ਲੈਣ ਲੈਣ ਕਰਦਾ ਆ ਮੈਂ ਮੋਬਾਇਲ ਨਾ ਕੋਈ ਟੀਵੀ ਦਾ ਪ੍ਰੋਗਰਾਮ ਤੁਹਾਡੇ ਦੋ ਤਿੰਨ ਪ੍ਰੋਗਰਾਮ ਦੇਖੀ ਦੇ ਆ ਬਸ ਹੋਰ ਕੋਈ ਪ੍ਰੋਗਰਾਮ ਨੀ ਕੋਈ ਮੋਬਾਇਲ ਨੀ ਹੈ ਕੋਈ ਨੀ ਏਦਾਂ ਦਾ ਰੱਖਿਆ ਘਰ ਦਾ ਹੀ ਫੋਨ ਹੈ ਜੀ 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 ਇੱਕ ਦੋ ਫਿਰ 17 ਸੁਣਾਈ ਹਾਂ ਬਿਲਕੁਲ ਜੀ ਬਿਲਕੁਲ ਮੈਂ ਕਹਿਣ ਲੱਗਿਆ ਸੀ ਕਿ ਦੋ ਲਾਈਨਾਂ ਜ਼ਰੂਰ ਅੱਛਾ ਕਹਿੰਦਾ ਬੰਦੇ ਸੜਕਾਂ ਤੇ ਮਰਦਾ ਹਜੂਮ ਵੇਖਿਆ ਜੱਜ ਛਿੱਕੇ ਉੱਤੇ ਟੰਗ ਦਾ ਕਾਨੂੰਨ ਵੇਖਿਆ ਦੁੱਖ ਭੁੱਖ ਨਾਲ ਸੜਦਾ ਮਜ਼ਲੂਮ ਵੇਖਿਆ ਪੌੜੀ ਅੰਬਰਾਂ ਨੂੰ ਲਾਉਂਦਾ ਮੈਂ ਨਜੂਮ ਵੇਖਿਆ ਪੌਂਦਾ ਬੇੜੀਆਂ ਚ ਵੱਟੇ ਮੈਂ ਦਲਾਲ ਵੇਖਿਆ ਕੰਡੀ ਸੱਚ ਦੀ ਮਰੋੜ ਦਾ ਕਲਾਲ ਦੇਖਿਆ ਚੰਦ ਟੁਕੜਿਆਂ ਲਈ ਵਿਕਦਾ ਜਵਾਬ ਵੇਖਿਆ ਤੋਕਾ ਸੱਜਣਾ ਨੂੰ ਦਿੰਦਾ ਮੈਂ ਜਨਾਬ ਵੇਖਿਆ ਕੈਦੋਂ ਹੀਰ ਤਾਈ ਕਰਦਾ ਫਰੇਬ ਵੇਖਿਆ ਅੱਗ ਪੈਰਾਂ ਹੇਠ ਦਿੰਦਾ ਪਤੀ ਦੇਵ ਦੇਖਿਆ ਛੁੱਟੇ ਨਹਿਰਾਂ ਵਿੱਚ ਲਾਸ਼ਾਂ ਥਾਣੇ ਦਾ ਵੇਖਿਆ ਚਿੱਟਾ ਘਰਾਂ ਚ ਪਕਾਉਂਦਾ ਲਾਣੇਦਾਰ ਵੇਖਿਆ ਪੈਰ ਗਲਾਂ ਵਿੱਚ ਪਾਉਂਦਾ ਸੀ ਜਨੂਨ ਵੇਖਿਆ ਬਣਾਵੇ ਰਾਜ ਸੀ ਜੁਗਾੜ ਕਾਰਟੂਨ ਵੇਖਿਆ ਪਰੇ ਝੂਠ ਨਾਲ ਚੋਰੀ ਭਗਵਾਨ ਵੇਖਿਆ ਜੀ ਬਹੁਤ ਬਹੁਤ ਧੰਨਵਾਦ ਜੀ ਮਾਫ਼ੀ ਚਾਹੁੰਦੇ ਹਾਂ ਕਿ ਕਾਲ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋਈ ਆ ਅਵਤਾਰ ਸਿੰਘ ਸ਼ੇਰਗਿੱਲ ਜੀ ਸਾਡੇ ਨਾਲ ਜੁੜੇ ਸੀ ਅਤੇ ਬੜੀ ਬਾਖੂਬੀ ਜਿਹੜੀ ਖੂਬਸੂਰਤ ਇੱਕ ਨਜ਼ਮ ਸਾਨੂੰ ਸੁਣਾ ਰਹੇ ਸੀ ਅਤੇ ਮਾਫ਼ੀ ਚਾਹੁੰਦੇ ਹਾਂ ਕਿ ਕਾਲ ਕੱਟ ਹੋ ਗਈ ਹੈ ਸੋ ਕਿਸਾਨਾਂ ਦੀ ਗੱਲ ਚੱਲ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਕਿਸਾਨ ਸੰਘਰਸ਼ ਕਰ ਰਹੇ ਨੇ ਵੱਖ ਵੱਖ ਜਥੇਬੰਦੀਆਂ ਸੰਘਰਸ਼ ਦੇ ਰਾਹ 'ਤੇ ਨੇ ਅਤੇ ਇਸ ਮੌਕੇ ਗੱਲ ਜ਼ਰੂਰੀ ਹੋ ਜਾਂਦੀ ਹੈ ਕਿ ਕਿਸਾਨ ਆਗੂ ਦੇ ਨਾਲ ਗੱਲਬਾਤ ਕੀਤੀ ਜਾਵੇ ਸੋ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਡਾਕਟਰ ਦਰਸ਼ਨਪਾਲ ਸਿੰਘ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਾਲ ਇਹ ਸੰਬੰਧ ਰੱਖਦੇ ਨੇ ਪ੍ਰਧਾਨ ਨੇ ਸੋ ਦਰਸ਼ਨਪਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਦਰਸ਼ਨਪਾਲ ਜੀ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਬੀਤੇ ਦਿਨ ਤੁਹਾਡੇ ਵੱਲੋਂ ਜਿਹੜਾ ਪ੍ਰੋਟੈਸਟ ਆ ਉਹ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਇਕੱਠੇ ਹੋ ਕੇ ਵੈਸੇ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੁਣ ਇੱਕ ਤਾਂ ਇਹ ਸਾਨੂੰ ਦੱਸੋ ਕਿ ਤੁਹਾਡਾ ਜਿਹੜਾ ਸੰਘਰਸ਼ ਆ ਉਹ ਕਿਸ ਰਾਹ 'ਤੇ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਕਾਲਰ ਨੇ ਸਾਡੇ NRI ਭਰਾ ਬਹੁਤ ਜ਼ਿਆਦਾ ਫਿਕਰਮੰਦ ਕਿਸਾਨਾਂ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਹੈਗੇ ਨੇ ਸੋ ਸਾਨੂੰ ਖੁਸ਼ੀ ਹੁੰਦੀ ਹੈ ਕਿ NRI ਭਰਾ ਸਾਡੇ ਪੰਜਾਬ ਦੇ ਕਿਸਾਨ ਬਾਰੇ ਸੋਚ ਰਹੇ ਨੇ ਅਤੇ ਉਹਨਾਂ ਦਾ ਮਤ ਹੈ ਜੀ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜੇਕਰ ਚੱਲਣ ਤਾਂ ਮੰਜ਼ਿਲ 'ਤੇ ਜਲਦੀ ਅਤੇ ਸੌਖਾ ਪਹੁੰਚਿਆ ਜਾ ਸਕਦਾ ਡਾਕਟਰ ਸਾਹਿਬ ਦੇਖੋ ਜੀ ਵੈਸੇ ਤਾਂ ਜਿਹੜਾ ਕਿਸਾਨੀ ਦਾ ਜਿਹੜਾ ਮੁੱਦਾ ਹੈ ਕਿਸਾਨੀ ਸੰਕਟ ਦਾ ਜੀ ਇਹ ਕਈ ਸਾਲਾਂ ਤੋਂ ਜਦੋਂ ਤੋਂ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋਇਆ ਉਦੋਂ ਤੋਂ ਕਾਫੀ ਇਹ ਏਜੰਡੇ 'ਤੇ ਆਇਆ ਹੋਇਆ ਜੀ ਇੱਕ ਦੂਸਰਾ ਇਹ ਹੈ ਕਿ ਇਹ ਸੰਕਟ ਹੈ ਜਦੋਂ ਗ੍ਰੀਨ ਰੈਵੋਲਿਊਸ਼ਨ ਨੇ ਅੱਗੇ ਵਧਣਾ ਸ਼ੁਰੂ ਕੀਤਾ ਤੇ ਪੀਲਾ ਪੈ ਗਿਆ ਉਹ ਤੋਂ ਬਾਅਦ ਘਾਟੇ 'ਚ ਜਾ ਕੇ ਕਿਸਾਨ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰਤੀਆਂ ਤਾਂ ਉਹਦੇ 'ਚ ਸਾਰੀਆਂ ਜਥੇਬੰਦੀਆਂ ਨੇ ਅਸੀਂ ਪੰਜਾਬ ਦੀਆਂ ਨੇ ਤੇ ਬਾਕੀ ਦੇਸ਼ਾਂ ਦੀਆਂ ਨੇ ਬਾਕੀ ਸੌਰੀ ਸੂਬਿਆਂ ਦੀਆਂ ਨੇ ਵੀ ਆਪਣੇ ਇੱਥੇ ਕੁਛ ਮੰਗਾਂ ਉਠਾ ਕੇ ਸੰਘਰਸ਼ ਸ਼ੁਰੂ ਕੀਤਾ ਜੀ ਹੁਣ ਜਿਹੜਾ ਸਾਡਾ ਸੰਘਰਸ਼ ਹੈ ਦੋ ਲੈਵਲ 'ਤੇ ਹੈ ਦੇਖੋ ਵਨ ਇੱਕ ਤਾਂ ਹੈ ਕਿ ਖੇਤੀ ਸੰਕਟ ਨੂੰ ਅਸੀਂ ਫਿਰ ਮੁੜ ਕੇ ਇੱਕ ਸੈਂਟਰ ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਤੋਂ BJP ਆਈ ਹੈ ਇਹਦੇ ਕੁਛ ਮੁੱਦੇ ਹੋਰ ਤਰ੍ਹਾਂ ਦੇ ਉਭਾਰ ਤੇ ਲਿੰਚਿੰਗ ਹੋ ਗਈ CANRC ਦੇ ਉੱਤੇ ਇਹਨਾਂ ਨੇ ਕਰਤਾ ਹੁਣ ਚੱਲ ਕੋਰੋਨਾ ਦਾ ਆ ਗਿਆ ਹੋਰ ਤਰ੍ਹਾਂ ਦੇ ਏਜੰਡੇ ਬਣ ਗਏ ਤਾਂ ਉਹਦੇ 'ਤੇ ਸਾਡੀ ਕੋਸ਼ਿਸ਼ ਇਹ ਆ ਵੀ ਕਿਸਾਨੀ ਦਾ ਮੁੱਦਾ ਜੋ ਹੈ ਕਿਉਂਕਿ ਸੈਂਟਰਲ ਖੇਤੀਬਾੜੀ ਜਿਹੜਾ ਇੱਕ ਐਸਾ ਹੈ ਕਹਿ ਲਓ ਵੀ ਸਮਾਜ ਦਾ ਹਿੱਸਾ ਹੈ ਜਿਹਦੇ 'ਤੇ ਮੇਨਲੀ ਐਂ ਕਹਿ ਲਓ ਵੀ ਇੱਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਜ਼ਿੰਦਗੀ ਖਤਮ ਹੋਣ ਤੱਕ ਤੇ ਨਿਰਭਰ ਕਰਦੀ ਹੈ ਜੀ ਸੋ ਉਹਦੇ 'ਚ ਸਾਡੇ ਕਿਸਾਨ ਜਥੇਬੰਦੀਆਂ ਦੇ ਅੰਦਰ ਇਸ ਕਿਸਮ ਦੇ ਕੁਛ ਲੋਕ ਪਿਛਲੇ ਸਮੇਂ ਤੋਂ ਐਂਟਰ ਕੀਤੇ ਨੇ ਜਿਹੜੇ ਬਹੁਤ ਸੋਚ ਸਮਝ ਕੇ
चीजा नू रख देन जिवें मान लो मैं आल इंडिया दी जिस जथेबंदी च हां आल इंडिया किसान हिंद किसान आल इंडिया किसान संघर्ष स्थापना कमेटी जी ओहदे च जोगिंदर यादव भी है ओहदे च मेधा पाटकर भी है वी एम सिंह भी है डॉक्टर सुनीलम भी है मतलब ये सारे सारे सूबिआं चो ओह किसानां दे लीडर ने जिहड़े एवें नहीं बल्कि नारेबाजी निकलदी करदे जी सो ओहदे च साडे सामने हुण मतलब कि इक अच्छी है कि इह लीडरशिप जिहड़ी सिद्धांतक पहलकदमी करे ते सिद्धांतक लीडरशिप दे किसानां नूं जी क्योंकि किसानां दे जिहो जिहे किते हैगे ने उहो जिहे ही किसान जथेबंदियां जां लीडर बहुती वारी आए ने पिछले समें च चाहे टकैत सी चाहे कासी राम नायन सी चाहे होर सी जिहड़े छोटी जिही गल तों लड़ पैंदे सी जी जी ਹੁਣ ਇਹ ਇਸ਼ੂ ਹੈਗੇ ਨੇ ਇੰਡੀਆ ਲੈਵਲ ਦੇ ਦੇਖੋ ਜਿਹੜੇ ਅਸੀਂ ਕੱਲ ਅਸੀਂ ਪ੍ਰੋਟੈਸਟ ਕੀਤੇ ਮਾਰਚ ਕੀਤੇ ਨੇ ਬਿਲਕੁਲ ਜੀ ਇਹ ਇਸ਼ੂ ਨੇ ਮਤਲਬ ਕਿ ਚਾਹੇ ਉਹ ਕੌਮੀ ਪੱਧਰ ਦੇ ਇਸ਼ੂ ਨੇ ਬਿਲਕੁਲ ਚਾਹੇ ਪਾਵਰ ਬਿੱਲ 2020 ਦਾ ਹੈ ਤੇ ਚਾਹੇ ਉਹ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦਾ ਹੈ ਚਾਹੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੈ ਪੰਜਾਬ ਦੇ ਜਾਂ ਦੂਜੇ ਸੂਬਿਆਂ ਦੇ ਅਧਿਕਾਰਾਂ ਤੇ ਚਾਹੇ ਉਹ ਜਿਹੜਾ 70ਵਾਂ ਸੀ ਪੁਆਇੰਟ ਰੱਖਿਆ ਸੀ ਬੁੱਧੀਜੀਵੀਆਂ ਕਲਾਕਾਰਾਂ ਤੇ ਲੇਖਕਾਂ ਕਵੀਆਂ ਦੇ ਉੱਤੇ ਜੋ ਹਮਲਾ ਹੋ ਰਿਹਾ ਸਾਰੇ CANRC ਜਾਂ ਸਵਾਲ ਡਾਕਟਰ ਸਾਹਿਬ ਓਹੀ ਹੈ ਕਿ ਠੀਕ ਹੈ ਕਿਉਂਕਿ ਨੈਸ਼ਨਲ ਪੱਧਰ ਦਾ ਜਿਹੜਾ ਮੁੱਦਾ ਇਹ ਤੇ ਪੰਜਾਬ ਦੇ ਕਿਸਾਨ ਤਾਂ ਅਸੀਂ ਦੇਖ ਰਹੇ ਕਿ ਸੰਘਰਸ਼ ਕਰ ਰਹੇ ਨੇ ਬਾਕੀ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਫਿਰ ਰਲੇਵਾਂ ਹੋ ਸਕਦਾ ਇਸ ਸੰਘਰਸ਼ ਦੇ ਵਿੱਚ ਤੇ ਹੁਣ ਕਿੰਨਾ ਕੁ ਸਾਥ ਮਿਲ ਰਿਹਾ ਬਾਕੀ ਮੈਂ ਇਹੀ ਐਕਸਪਲੇਨ ਕਰਨਾ ਚਾਹੁੰਦਾ ਕਿ ਅਸੀਂ ਜਿਹੜੀਆਂ 10 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਜੀ ਤੇ ਆਲ ਇੰਡੀਆ ਲੈਵਲ ਤੇ ਇੱਕ ਮੋਰਚਾ ਬਣਿਆ ਹੈ ਜਿਹਦੇ ਵਿੱਚ ਅਸੀਂ 250 ਜਥੇ ਤੋਂ ਉੱਪਰ ਜਥੇਬੰਦੀਆਂ ਹਾਂ ਜੀ ਬਿਲਕੁਲ 9 ਅਗਸਤ ਨੂੰ ਜਿੱਦਣ ਕੁਇਟ ਇੰਡੀਆ ਮੂਵਮੈਂਟ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਜੀ ਜੀ 9 ਅਗਸਤ ਨੂੰ 9 ਮੰਗਾਂ ਲੈ ਕੇ 6 ਇਹੀ ਨੇ ਤੇ ਮੇਨ ਇਹੀ ਤੇ ਬਸ 2 MSP ਤੇ 1 ਕਰਜ਼ੇ ਦੀ ਮੰਗ ਲੈ ਕੇ ਜੀ ਕਾਰਪੋਰੇਟ ਘਰਾਣੇ ਖੇਤੀ ਛੱਡੋ ਦੇ ਨਾਰੇ ਦੇ ਨਾਂ ਤੇ ਕਾਰਪੋਰੇਟ ਭਜਾਓ ਖੇਤੀ ਬਚਾਓ ਇਹ ਨਾਰਾ ਲਾਉਂਦੇ ਹੋਏ ਸ਼ੁਰੂ ਕਰਨ ਜਾ ਰਹੇ ਹਨ ਪ੍ਰੋਗਰਾਮ ਲਿਖੇ ਜਾ ਰਹੇ ਨੇ ਉਹ ਬਹੁਤ ਐਫੀਸ਼ੀਐਂਟਲੀ ਮੈਂ ਦੇਖ ਰਿਹਾ ਕਿ ਰੋਜ਼ ਸੂਬਿਆਂ ਦੇ ਵਿੱਚ ਲੋਕ ਕਿਸਾਨ ਲੀਡਰ ਨੇ ਜਿਹੜੇ ਗੂਗਲ ਮੀਟ ਤੇ ਜ਼ੂਮ ਤੇ ਮੀਟਿੰਗਾਂ ਕਰਕੇ ਪ੍ਰੋਗਰਾਮ ਫਾਈਨਲ ਕਰ ਰਹੇ ਨੇ ਬਾਅਦ ਸੜਕਾਂ ਤੇ ਆਉਣ ਤੇ ਬਿਲਕੁਲ ਆ ਰਹੇ ਠੀਕ ਹੈ ਮਾਫ ਕਰਨਾ ਡਾਕਟਰ ਸਾਹਿਬ ਮੈਂ ਕੱਟ ਰਿਹਾ ਤੁਹਾਨੂੰ ਮਾਫ ਕਰਨਾ ਜੀ ਲੇਕਿਨ ਹੁਣ ਸਰਕਾਰ ਦੀ ਫਿਰ ਪੰਜਾਬ ਸਰਕਾਰ ਦੀ ਕੀ ਭੂਮਿਕਾ ਰਹਿ ਜਾਂਦੀ ਹੈ ਪੰਜਾਬ ਸਰਕਾਰ ਤਾਂ ਤੁਹਾਡੇ ਖਿਲਾਫ਼ ਜਿਹੜੀ ਹੁਣ ਪੁਲਿਸ ਆ ਉਹਦੇ ਥਰੂ ਪਰਚੇ ਵੀ ਹੋਏ ਨੇ ਅਜਨਾਲਾ 'ਚ 200 ਕਿਸਾਨਾਂ 'ਤੇ ਪਰਚੇ ਵੀ ਹੋਏ ਨੇ ਅਤੇ ਕਿਸਾਨ ਨੇ ਤੁਹਾਨੂੰ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਸੀ ਕਿ ਇਸ ਮਸਲੇ 'ਤੇ ਉਹ ਨਾਲ ਨੇ ਅਤੇ ਇਹ ਨਾਲ ਵੀ ਨੇ ਅਤੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿਸਾਨਾਂ ਨੂੰ ਕਿ ਹਜੇ ਰੁਕ ਜਾਓ ਜੀ ਹਜੇ ਕਰੋਨਾ ਦਾ ਖਤਰਾ ਹੈ ਅਤੇ ਹਜੇ ਪ੍ਰੋਟੈਸਟ ਨਾ ਕਰੋ ਸੰਘਰਸ਼ ਸ਼ੁਰੂ ਨਾ ਕਰੋ ਅਤੇ ਫਿਰ ਤੁਸੀਂ ਕਿਵੇਂ ਦੇਖ ਰਹੇ ਹੋ ਸਰਕਾਰ ਦੀ ਭੂਮਿਕਾ ਅਤੇ ਨਾਲ ਵਿਰੋਧੀ ਜਿਹੜੀ ਮੁੱਖ ਮੰਤਰੀ ਨੂੰ ਮੈਂ 2 ਲੈਵਲ ਤੇ ਘੇਰਨਾ ਚਾਹੁੰਦਾ ਪਹਿਲੀ ਗੱਲ ਤਾਂ ਮੁੱਖ ਮੰਤਰੀ ਨੇ ਜਦੋਂ ਕਿਸਾਨਾਂ ਜਥੇਬੰਦੀਆਂ ਨਾਲ ਸਾਡੀਆਂ ਨਾਲ ਮੀਟਿੰਗ ਕੀਤੀ ਹੈ ਉਦੋਂ ਇਹ ਕਿਹਾ ਸੀ ਵੀ ਅਸੀਂ ਭਾਈ ਸੰਵਿਧਾਨ ਦੇ ਘੇਰੇ ਚ ਕਿ ਲੜਦੇ ਹਾਂ ਤੁਸੀਂ ਆਪਣਾ ਕਿਸਾਨ ਜਥੇਬੰਦੀ ਵਾਲਾ ਆਪਣਾ ਵੀ ਸੰਘਰਸ਼ ਲਿਖੋ ਜੀ 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 ਤੇ ਉਹ ਸਾਡੀ ਮੰਗ ਇਹ ਸੀ ਵੀ ਤੁਸੀਂ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਰੱਦ ਕਰੋ ਇਹਨਾਂ ਕਾਨੂੰਨਾਂ ਨੂੰ ਆਰਡੀਨੈਂਸਾਂ ਨੂੰ ਤੇ ਬਿਜਲੀ ਬਿੱਲ ਖੜੇ ਨੂੰ ਤੇ ਬਸ ਦੂਸਰਾ ਇਹ ਸੀ ਵੀ ਡੀਜ਼ਲ ਪੈਟਰੋਲ ਤੇ ਤੁਸੀਂ ਜੋ ਐਕਸਾਈਜ਼ ਡਿਊਟੀ ਲਾਈ ਹੋਈ ਹੈ ਉਹਨੂੰ ਘਟਾਓ ਲੋਕਾਂ ਨੂੰ ਥੋੜਾ ਜਿਹਾ ਰਾਹਤ ਮਿਲੇ ਸੋ ਇਸ ਕਰਕੇ ਇੱਕ ਗੱਲ ਦੂਜੀ ਗੱਲ ਇਹ ਹੈ ਵੀ ਅਸੀਂ ਪੰਜਾਬ ਦੇ ਅੰਦਰ ਦੋਨਾਂ ਪਾਰਟੀਆਂ ਮੇਨ ਪਾਰਟੀਆਂ ਦੇ ਵਾਸਤੇ ਪੋਜੀਸ਼ਨ ਇੱਕ ਕਹਿ ਲਓ ਵੀ ਖੜੀ ਕੀਤੀ ਹੈ ਬਾਦਲਾਂ ਨੂੰ ਕਿਹਾ ਵੀ ਤੁਸੀਂ ਉੱਪਰੋਂ ਬੀਜੇਪੀ ਨੂੰ ਛੱਡੋ ਇਹਨਾਂ ਨੂੰ ਕਿਹਾ ਵੀ ਤੁਸੀਂ ਸੰਘਰਸ਼ ਚਾਹੋ ਬਾਦਲਾਂ ਨੂੰ ਕਿਹਾ ਬੀਜੇਪੀ ਛੱਡ ਕੇ ਤੁਸੀਂ ਖੁਦ ਸੰਘਰਸ਼ ਚਾਹੋ ਇਹ ਤਾਂ ਹੈ ਪੰਜਾਬ ਲੈਵਲ ਦੀ ਗੱਲ ਜੀ ਬਟ ਮੈਂ ਇਹ ਕਹਿੰਦਾ ਕਿ ਕਿਸਾਨ ਸੰਘਰਸ਼ ਅਸਲ 'ਚ ਪੂਰੇ ਦੇਸ਼ ਦੇ ਲੋਕ ਮਿਹਨਤਕਸ਼ ਲੋਕਾਂ ਦੀ ਰੀੜ ਦੀ ਹੱਡੀ ਬਣਨਾ ਚਾਹੀਦਾ ਸੰਘਰਸ਼ਾਂ ਦਾ ਇਹ ਕਿਸਾਨ ਸੰਘਰਸ਼ ਇੱਕ ਐਸ ਕਿਸਮ ਦਾ ਹੈ ਜਿਹਦੇ ਉੱਤੇ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੀ ਯੂਨਿਟੀ ਤਾਮਿਲਨਾਡੂ ਤੋਂ ਲੈ ਕੇ ਪੰਜਾਬ ਤੱਕ ਬਣਦੀ ਹੈ ਰਾਜਸਥਾਨ ਤੋਂ ਲੈ ਕੇ ਅਸਾਮ ਤੱਕ ਬਾਕੀ ਜਿਹੜੇ ਮੁੱਦੇ ਬਾਕੀ ਜਿਹੜੀਆਂ ਜਮਾਤਾਂ ਜਾਂ ਤਬਕਿਆਂ ਦੇ ਮੁੱਦੇ ਨੇ ਉਹ ਹੈਗੇ ਨੇ ਬਟ ਇਹ ਇੱਕ ਇਸ਼ੂ ਇਹ ਕਿਸ ਕਿਸਮ ਦਾ ਇਸ਼ੂ ਹੈ ਜਿਹੜਾ ਸੈਂਸਿਟਿਵ ਵੀ ਹੈ ਬਹੁਤ ਸਮਾਜਿਕ ਤੇ ਆਰਥਿਕ ਤੌਰ ਤੇ ਵੀ ਉਹ ਜਦੋਂ ਅਸੀਂ ਆਲ ਇੰਡੀਆ ਲੈਵਲ ਤੇ ਇਹਨੂੰ ਲੈ ਕੇ ਜਾ ਰਹੇ ਹਾਂ ਹੁਣ ਉਹ ਮਤਲਬ ਕਿ ਮੈਂ ਪਿਛਲੇ 3 ਸਾਲ ਤੋਂ ਉਸ ਫੋਰਮ ਚ ਆ 3 ਸਾਲ ਤੋਂ ਮੈਂ ਦੇਖ ਰਿਹਾ ਕਿ ਲਗਾਤਾਰ ਉਹ ਫੋਰਮ ਹੈ ਜਿਹੜਾ ਅੱਗੇ ਵਿਕਸਿਤ ਕਰ ਰਿਹਾ ਹੈ ਪੰਜਾਬ ਚ ਵੀ ਦੇਖੋ ਇਹ 10 ਜਥੇਬੰਦੀਆਂ ਦੇ ਫੋਰਮ ਨੇ ਕੱਲ ਜੋ ਕੀਤਾ ਆਪਣੇ ਆਪ ਚ ਇੱਕ ਅੱਛਾ ਬਿਲਕੁਲ ਚੰਗਾ ਮੈਸੇਜ ਗਿਆ ਹਾਂਜੀ ਅੱਛਾ ਮੈਸੇਜ ਗਿਆ ਤੇ ਇਹ ਜੇ ਜਥੇਬੰਦੀਆਂ ਮਿਲ ਕੇ ਸਾਰੇ ਸੂਬੇ ਕਰਨਾਟਕ ਦੀ ਕੱਲ ਮੀਟਿੰਗ ਹੋਈ ਹੈ ਕੱਲ ਨੂੰ ਬੰਗਾਲ ਤੇ ਬਿਹਾਰ ਦੀ ਮੀਟਿੰਗ ਹੈ ਉੱਤਰਾਖੰਡ ਦੀ ਹੋ ਗਈ ਮਤਲਬ ਕਿ ਸਾਡੇ ਸਾਰੇ ਸੂਬਿਆਂ ਦੇ ਅੰਦਰ ਜਿਹੜੇ ਕਿਸਾਨ ਜਥੇਬੰਦੀਆਂ ਨੇ 250 ਦੀਆਂ 250
ਉਹ ਇਨਵੋਲਵ ਹੋ ਕੇ ਕੋਈ ਛੋਟੀਆਂ ਨੇ ਕੋਈ ਵੱਡੀਆਂ ਨੇ ਕੋਈ ਆਲ ਇੰਡੀਆ ਲੈਵਲ ਦੀਆਂ ਕੋਈ ਸੂਬੇ ਲੈਵਲ ਦੀਆਂ ਕੋਈ ਜ਼ਿਲ੍ਹੇ ਪੱਧਰ ਦੀਆਂ ਉਹ ਸਾਰੀਆਂ ਜਥੇਬੰਦੀਆਂ ਜਦੋਂ ਸੰਘਰਸ਼ ਆਉਣਗੀਆਂ ਜਾਂ ਰੌਲਾ ਪਾਉਣਗੀਆਂ ਜਾਂ ਜਦੋਂ ਸੜਕਾਂ ਤੇ ਆਉਣਗੀਆਂ ਤਾਂ ਉਹਦਾ ਅਸਰ ਬਹੁਤ ਜ਼ਿਆਦਾ ਪਵੇਗਾ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਡਾਕਟਰ ਦਰਸ਼ਨਪਾਲ ਜੀ ਸਾਡੇ ਨਾਲ ਜੁੜਨ ਦਾ। ਸੋ ਡਾਕਟਰ ਦਰਸ਼ਨਪਾਲ ਸਾਡੇ ਨਾਲ ਜੁੜੇ ਸੀ। ਸੋ ਦਰਸ਼ਕੋ, ਇਸ ਸਮੇਂ ਵੇਲਾ ਇੱਕ ਬ੍ਰੇਕ ਦਾ ਹੋ ਗਿਆ ਜੀ, ਅਸੀਂ ਫੌਰਨ ਇਸ ਵਕਫੇ ਤੋਂ ਬਾਅਦ ਆਉਂਦੇ ਹਾਂ, ਤੁਸੀਂ ਇਸੇ ਤਰ੍ਹਾਂ ਦੇ ਨਾਲ ਸਾਡੇ ਨਾਲ ਬਣੇ ਰਹਿਣਾ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।